Dusty Dictio, SSV Entertainment, ਤੁਹਾਡਾ ਆਪਣਾ ਚੈਨਲ। ਦੋਸਤੋ ਅੱਜ ਆਪਾਂ ਪਿੰਡ ਖੇੜਾ ਦੀ ਸੈਰ ਕਰਾਂਗੇ। ਇਹ ਪਿੰਡ ਲੁਧਿਆਣਾ ਜ਼ਿਲ੍ਹੇ 'ਚ ਪੈਂਦਾ ਅਤੇ ਜਦੋਂ ਤੁਸੀਂ ਲੁਧਿਆਣੇ ਤੋਂ ਮਲੇਰਕੋਟਲਾ ਜਾਂ ਸੰਗਰੂਰ ਨੂੰ ਜਾਓਗੇ ਤਾਂ ਰਸਤੇ 'ਚ ਮੰਡੀ ਅਹਿਮਦਗੜ੍ਹ ਅਤੇ ਭਹੀੜ ਪਿੰਡ ਕੋਲ ਪੈ ਜਾਂਦਾ ਅਤੇ ਖੇੜਾ ਪਿੰਡ ਦੇ ਨੇੜੇ ਦੇ ਪਿੰਡ ਨੇ ਭਹੀੜ, ਲਹਿਰਾ, ਘੁੰਘਰਾਣਾ, ਅਹਿਮਦਗੜ੍ਹ ਮੰਡੀ, ਛਪਾਰ, ਨੰਗਲ, ਝਾਮਟ, ਨਾਨਕਪੁਰ, ਜਗੇੜਾ ਅਤੇ ਡੇਲੋਂ। ਅਤੇ ਇਹ ਪਿੰਡ ਨਾ ਹੀ ਵਾਲਾ ਛੋਟਾ ਅਤੇ ਨਾ ਹੀ ਵਾਲਾ ਵੱਡਾ। ਇੱਥੋਂ ਦੀ ਵੋਟ ਕੋਈ 1950 ਦੇ ਆਸ ਪਾਸ ਹੋਣੀ ਆ ਅਤੇ ਜਿੱਡਾ ਪਿੰਡ ਤੁਹਾਨੂੰ ਇਹ ਹੁਣ ਦਿਸ ਰਿਹਾ ਭਾਰਤ ਦੀ ਵੰਡ ਤੋਂ ਪਹਿਲਾਂ ਇਦੋਂ ਵੀ ਛੋਟਾ ਹੁੰਦਾ ਸੀ ਅਤੇ ਉਦੋਂ ਇਸ ਪਿੰਡ 'ਚ ਕਾਫੀ ਮੁਸਲਮਾਨ ਵੀ ਸਿੱਖ ਪਰਿਵਾਰਾਂ ਨਾਲ ਮਿਲ ਕੇ ਰਹਿੰਦੇ ਸੀ ਪਰ ਵੰਡ ਵੇਲੇ ਬਹੁਤੇ ਮੁਸਲਮਾਨ ਪਾਕਿਸਤਾਨ ਚਲੇ ਗਏ। ਦੋਸਤੋ ਪਿੰਡ ਖੇੜਾ ਦੇ ਨਾਂ ਦਾ ਮਤਲਬ ਹੁੰਦਾ ਖੁਸ਼ੀਆਂ, ਜਿਵੇਂ ਕਹਿ ਦਿੰਦੇ ਨੇ ਖੁਸ਼ੀਆਂ ਖੇੜੇ। ਕਈ ਬੰਦੇ ਕਹਿ ਦਿੰਦੇ ਨੇ ਕਿ ਖੇੜਾ ਹੱਸਣ ਖੇਡਣ ਤੋਂ ਬਣਿਆ ਪਰ ਨਹੀਂ, ਭਾਈ ਕਾਨ ਸਿੰਘ ਨਾਭਾ ਜੀ ਦੀ ਕਿਤਾਬ ਦੇ ਹਿਸਾਬ ਨਾਲ ਖੇੜਾ ਖੁਸ਼ੀਆਂ ਜਾਂ ਹੱਸਣ ਨੂੰ ਕਹਿੰਦੇ ਨੇ ਅਤੇ ਇਹ ਗੱਲ ਇਸ ਪਿੰਡ ਜਾ ਕੇ ਸਾਬਤ ਵੀ ਹੋ ਗਈ ਕਿ ਇੱਥੇ ਬਹੁਤ ਹੀ ਖੁਸ਼ ਮਿਜ਼ਾਜ ਲੋਕ ਰਹਿੰਦੇ ਨੇ। ਹੋਇਆ ਇਉਂ, ਜਦੋਂ ਅਸੀਂ ਪਿੰਡ 'ਚ ਗਏ ਤਾਂ ਦੋ ਬਜ਼ੁਰਗ ਬੈਠੇ ਸੀ ਤਾਂ ਮੈਂ ਕਿਹਾ ਬਾਪੂ ਜੀ ਕੋਈ ਪਿੰਡ ਬਾਰੇ ਗੱਲ ਹੀ ਸੁਣਾ ਦਿਉ, ਤਾਂ ਉਹ ਬਾਬਾ ਤਾਂ ਬੋਲਿਆ ਨਹੀਂ ਪਰ ਜਿਹੜਾ ਬਾਬਾ ਉਹਦੇ ਨਾਲ ਬੈਠਾ ਸੀ ਉਹ ਕਹਿੰਦਾ ਇਹਨੇ ਕੀ ਜਵਾਬ ਦੇਣਾ, ਇਹਨੂੰ ਤਾਂ ਇਹਦੀ ਘਰਵਾਲੀ ਨੇ ਵੀ ਬੋਲਾ ਕਰਾਰ ਦਿੱਤਾ ਹੋਇਆ। ਤਾਂ ਮੈਂ ਪੁੱਛਿਆ ਬਾਬਾ ਜੀ ਉਹ ਕਿਵੇਂ, ਤਾਂ ਬਾਬਾ ਕਹਿੰਦਾ ਇਹਨੂੰ ਲੱਗਦਾ ਸੀ ਕਿ ਇਹਦੀ ਘਰਵਾਲੀ ਨੂੰ ਕੋਈ ਸੁਣਦਾ ਨਹੀਂ ਅਤੇ ਉਹ ਕਿਸੇ ਗੱਲ ਦਾ ਕੋਈ ਜਵਾਬ ਨਹੀਂ ਦਿੰਦੀ, ਤਾਂ ਇਹ ਮੰਡੀ ਡਾਕਟਰ ਗੁਰਜੀਤ ਕੋਲ ਚਲਿਆ ਗਿਆ ਅਤੇ ਜਾ ਕੇ ਸਾਰੀ ਸਮੱਸਿਆ ਨੇ ਉਹਨੂੰ ਦੱਸੀ। ਤਾਂ ਉਹ ਡਾਕਟਰ ਗੁਰਜੀਤ ਇਹਨੂੰ ਕਹਿੰਦਾ ਬਾਬਾ ਜਾ ਕੇ ਪਹਿਲਾਂ ਘਰਵਾਲੀ ਨੂੰ ਚੰਗੀ ਤਰ੍ਹਾਂ ਬੁਲਾ ਬੁਲੂ ਕੇ ਚੈੱਕ ਕਰ ਫਿਰ ਮੇਰੇ ਕੋਲ ਆਈ ਅਤੇ ਇਹਨੇ ਪਹਿਲਾਂ ਘਰ ਦੇ ਬਾਹਰੋਂ ਆ ਕੇ ਆਵਾਜ਼ ਮਾਰੀ ਲਿਆ ਰੋਟੀ ਪਾ ਦੇ ਮੈਂ ਆ ਗਿਆ, ਤਾਂ ਅੰਦਰੋਂ ਕੋਈ ਆਵਾਜ਼ ਨਹੀਂ ਆਈ। ਫਿਰ ਇਹਨੇ ਵਿਹੜੇ 'ਚ ਜਾ ਕੇ ਆਵਾਜ਼ ਮਾਰੀ ਕਹਿੰਦਾ ਸੁਣਦਾ ਨਹੀਂ, ਮੈਂ ਕਿਹਾ ਆ ਗਿਆ ਮੈਂ ਰੋਟੀ ਪਾ ਦੇ, ਫਿਰ ਨਹੀਂ ਆਵਾਜ਼ ਆਈ। ਫਿਰ ਇਹਨੇ ਰਸੋਈ 'ਚ ਜਾ ਕੇ ਆਪਦੀ ਘਰਵਾਲੀ ਦੇ ਜਮ੍ਹਾਂ ਹੀ ਕੰਨ ਕੋਲ ਜਾ ਕੇ ਕਿਹਾ ਰੋਟੀ ਪਾ ਦੇ ਮੈਂ ਘਰ ਆ ਗਿਆ। ਤਾਂ ਇਹਦੀ ਤੀਵੀਂ ਗੁੱਸੇ 'ਚ ਤਾਂ ਉੱਚੀ ਦੇਣੇ ਕਹਿੰਦੀ ਤੈਨੂੰ ਦੋ ਵਾਰ ਮੈਂ ਪਹਿਲਾਂ ਵੀ ਕਹਿਤਾ ਕਿ ਬਹਿ ਜਾ ਦਿੰਦੀ ਹਾਂ ਅਤੇ ਹੁਣ ਤੀਜੀ ਵਾਰ ਫੇਰ ਕਹਿੰਦੀ ਹਾਂ ਤੂੰ ਬੈਠ ਮੈਂ ਤੈਨੂੰ ਰੋਟੀ ਦਿੰਦੀ ਹਾਂ। ਇਹ ਸੁਣ ਕੇ ਇਹਨੂੰ ਵੀ ਸਮਝ ਆ ਗਈ ਕਿ ਬੋਲੀ ਮੇਰੀ ਘਰਵਾਲੀ ਨਹੀਂ, ਸਾਲਾ ਮੈਨੂੰ ਹੀ ਉੱਚਾ ਸੁਣਦਾ ਲੱਗਦਾ। ਅਤੇ ਇਹ ਗੱਲ ਸੁਣ ਕੇ ਸਾਡੇ ਨਾਲ ਦੂਜਾ ਬਾਬਾ ਵੀ ਹੱਸ ਪਿਆ ਅਤੇ ਇਸ ਗੱਲ ਨੇ ਭਾਈ ਕਾਨ ਸਿੰਘ ਨਾਭਾ ਦੇ ਸ਼ਬਦ ਕੋਸ਼ 'ਚ ਲਿਖੀ ਖੇੜਾ ਬਾਰੇ ਗੱਲ ਤਾਂ ਸਿੱਧ ਕਰ ਹੀ ਦਿੱਤੀ। ਦੋਸਤੋ ਇੰਨਾ ਹੀ ਨਹੀਂ, ਇਸ ਪਿੰਡ ਦੀਆਂ ਤਸਵੀਰਾਂ ਦੇਖ ਕੇ ਤੁਸੀਂ ਆਪ ਹੀ ਹਿਸਾਬ ਲਾ ਲਓ ਕਿ ਪਿੰਡ ਦੇ ਲੋਕ ਬਹੁਤ ਹੀ ਸਿਆਣੇ ਅਤੇ ਸਮਝਦਾਰ ਵੀ ਨੇ ਕਿਉਂਕਿ ਇੰਨੇ ਸਾਫ਼ ਸੁਥਰੇ ਅਤੇ ਹਰ ਸੁਵਿਧਾਵਾਂ ਵਾਲੇ ਪਿੰਡ ਦਾ ਸਰਪੰਚ ਅਤੇ ਪੰਚਾਇਤ ਵਧੀਆ ਚੁਣੀ ਹੋਊ। ਜੀ ਹਾਂ, ਇਸ ਪਿੰਡ ਨੇ ਆਪਣੇ ਪਿੰਡ ਦਾ ਸਰਪੰਚ ਇੱਕ ਰਿਟਾਇਰ ਸੂਬੇਦਾਰ ਜਾਣੀ ਫੌਜੀ ਚਰਨ ਸਿੰਘ ਨੂੰ ਬਣਾਇਆ ਹੋਇਆ। ਉਹ ਇਸ ਕਰਕੇ ਕਿ ਫੌਜੀ ਬਹੁਤ ਹੀ ਇਮਾਨਦਾਰ ਹੁੰਦੇ ਨੇ, ਬਹੁਤ ਹੀ ਮਿਹਨਤੀ ਹੁੰਦੇ ਨੇ, ਟਾਈਮ ਦੇ ਪਾਬੰਦ ਹੁੰਦੇ ਨੇ, ਜਵਾਨ ਦੇ ਪੱਕੇ ਹੁੰਦੇ ਨੇ ਅਤੇ ਉਹਨਾਂ ਦੀ ਫਿਟਨੈਸ ਹੋਣ ਕਰਕੇ ਉਹ ਛੇਤੀ ਕਿਤੇ ਥੱਕਦੇ ਵੀ ਨਹੀਂ। ਇਸੇ ਕਰਕੇ ਹੀ ਮੈਂ ਇਸ ਪਿੰਡ ਨੂੰ ਸਿਆਣੇ ਕਹਿ ਰਿਹਾ। ਉਹਨਾਂ ਨੇ ਬਹੁਤ ਸਿਆਣਪ ਵਾਲਾ ਫੈਸਲਾ ਲਿਆ ਅਤੇ ਸੂਬੇਦਾਰ ਚਰਨ ਸਿੰਘ ਦੇ ਹੱਥ ਕਮਾਂਡ ਦਿੱਤੀ ਹੋਈ ਆ। ਫੌਜੀਆਂ ਦੀ ਸਿਆਣਪ ਤੋਂ ਮੈਨੂੰ ਇੱਕ ਗੱਲ ਯਾਦ ਆ ਗਈ, ਪਹਿਲਾਂ ਮੈਂ ਤੁਹਾਨੂੰ ਉਹ ਸੁਣਾ ਦਿੰਦਾ ਫਿਰ ਪਿੰਡ ਦੀਆਂ ਬਾਕੀ ਜਾਣਕਾਰੀਆਂ ਦੇਵਾਂਗਾ। ਕਹਿੰਦੇ ਇੱਕ ਵਾਰ ਪਾਕਿਸਤਾਨ ਨਾਲ ਜੰਗ ਲੱਗੀ ਹੋਈ ਸੀ ਅਤੇ ਆਪਣੇ ਫੌਜੀ ਪਾਕਿਸਤਾਨੀ ਫੌਜੀਆਂ ਦੇ ਮੋਰਚੇ 'ਤੇ ਗੋਲੀਆਂ ਚਲਾ ਰਹੇ ਸੀ ਪਰ ਉਹ ਲੁਕੇ ਬੈਠੇ ਸੀ, ਜਿਸ ਕਰਕੇ ਸਾਰੀਆਂ ਗੋਲੀਆਂ ਬੇਕਾਰ ਜਾ ਰਹੀਆਂ ਸੀ। ਤਾਂ ਸਰਪੰਚ ਸਾਹਿਬ ਵਰਗੇ ਸੂਬੇਦਾਰ ਨੇ ਦਿਮਾਗ ਲਾ ਕੇ ਉੱਚੀ ਦਿਨੇ ਆਵਾਜ਼ ਮਾਰ ਕੇ ਕਿਹਾ ਸਿਪਾਹੀ ਖੁਦਾ ਬਖਸ਼। ਉੱਧਰੋਂ ਇੱਕ ਖੜਾ ਹੋ ਕੇ ਕਹਿੰਦਾ ਰਿਪੋਰਟਿੰਗ ਸਰ। ਇੱਧਰੋਂ ਸੂਬੇਦਾਰ ਸਾਹਿਬ ਨੇ ਗੋਲੀ ਮਾਰਤੀ। ਥੋੜ੍ਹੀ ਦੇਰ ਬਾਅਦ ਫਿਰ ਕਿਹਾ ਹੌਲਦਾਰ ਸਜਾਦ ਖਾਨ। ਉੱਧਰੋਂ ਇੱਕ ਹੋਰ ਖੜਾ ਹੋ ਕੇ ਕਹਿੰਦਾ ਰਿਪੋਰਟਿੰਗ ਸਰ। ਸੂਬੇਦਾਰ ਸਾਹਿਬ ਨੇ ਉਹਦੇ ਵੀ ਗੋਲੀ ਮਾਰਤੀ ਅਤੇ ਜਦੋਂ ਤੀਜੀ ਵਾਰ ਸੂਬੇਦਾਰ ਨੇ ਪੁੱਛਿਆ ਸਿਪਾਹੀ ਮੋਇਨ ਅਲੀ, ਉੱਧਰੋਂ ਕੋਈ ਨਾ ਉੱਠਿਆ ਕਿਉਂਕਿ ਉਹ ਸਮਝ ਗਏ ਸੀ ਕਿ ਇਹ ਸਾਨੂੰ ਨਾਂ ਲੈ ਕੇ ਠਾਉਂਦੇ ਨੇ ਅਤੇ ਉਹਨਾਂ ਨੇ ਵੀ ਇਹੀ ਸਕੀਮ ਲਾਈ। ਉੱਧਰੋਂ ਆਵਾਜ਼ ਆਈ ਸੂਬੇਦਾਰ ਚਰਨ ਸਿੰਘ, ਇੱਧਰੋਂ ਕੋਈ ਨਾ ਉੱਠਿਆ ਅਤੇ ਥੋੜ੍ਹੀ ਦੇਰ ਬਾਅਦ ਸੂਬੇਦਾਰ ਸਾਹਿਬ ਕਹਿੰਦੇ ਆਹ ਭਲਾ ਸੂਬੇਦਾਰ ਚਰਨ ਸਿੰਘ ਨੂੰ ਕਿਹਨੇ ਆਵਾਜ਼ ਮਾਰੀ ਸੀ। ਤਾਂ ਮੂਹਰੇ ਉੱਠ ਕੇ ਕਹਿੰਦਾ ਜੀ ਮੈਂ। ਤਾਂ ਸੂਬੇਦਾਰ ਸਾਹਿਬ ਨੇ ਨਾਲ ਹੀ ਫਾਇਰ ਮਾਰ ਕੇ ਚਿੱਤ ਕਰਤਾ, ਜਾਣੀ ਫੌਜੀ ਬਹੁਤ ਹੀ ਤੇਜ਼ ਦਿਮਾਗ ਦੇ ਹੁੰਦੇ ਨੇ। ਅਤੇ ਮੈਂ ਇੱਥੇ ਤੁਹਾਨੂੰ ਦੱਸ ਦਿਆਂ ਕਿ ਪਿੰਡ ਨੂੰ ਵਧੀਆ ਬਣਾਉਣ 'ਚ ਇਕੱਲੇ ਸਰਪੰਚ ਸੂਬੇਦਾਰ ਚਰਨ ਸਿੰਘ ਦਾ ਹੀ ਯੋਗਦਾਨ ਨਹੀਂ ਬਲਕਿ ਪੂਰੇ ਪਿੰਡ ਦਾ ਸਹਿਯੋਗ ਆ ਅਤੇ ਨਾਲ ਹੀ ਪਿੰਡ ਦੇ ਦਾਨੀ ਸੱਜਣਾਂ ਦਾ ਅਤੇ ਇਹਨਾਂ ਦੇ ਨਾਲ ਕਦਮ ਮਿਲਾ ਕੇ ਚੱਲਦੀ ਆ ਪਿੰਡ ਦੀ ਪੰਚਾਇਤ, ਜਿਹਦੇ ਮੈਂਬਰ ਨੇ ਆਤਮਾ ਸਿੰਘ, ਬੀਬੀ ਸਰਬਜੀਤ ਕੌਰ, ਬੀਬੀ ਸੁਖਵਿੰਦਰ ਕੌਰ, ਮਾਤਾ ਸੁਰਜੀਤ ਕੌਰ,
ਰਾਜਵਿੰਦਰ ਸਿੰਘ, ਪਰਮਿੰਦਰ ਸਿੰਘ ਅਤੇ ਜਗਮੇਲ ਸਿੰਘ। ਇਸ ਤੋਂ ਇਲਾਵਾ ਐਡਵੋਕੇਟ ਧਰਮਜੀਤ ਸਿੰਘ ਵੀ ਪਿੰਡ ਦੀ ਭਲਾਈ ਲਈ ਹਰ ਸਮੇਂ ਅੱਗੇ ਆ ਕੇ ਮਦਦ ਕਰਦੇ ਨੇ ਅਤੇ ਇਸ ਪੰਚਾਇਤ ਅਤੇ ਇਹਨਾਂ ਤੋਂ ਪਹਿਲਾਂ ਵਾਲੀਆਂ ਪੰਚਾਇਤਾਂ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਇਸ ਪਿੰਡ 'ਚ ਇੱਕ ਬਹੁਤ ਹੀ ਸੋਹਣੀ ਧਰਮਸ਼ਾਲਾ ਬਣਾਈ ਹੋਈ ਆ। ਬਾਕੀ ਤੁਸੀਂ ਤਸਵੀਰਾਂ 'ਚ ਦੇਖ ਹੀ ਲਓ ਕਿੰਨੀ ਸਾਫ਼ ਸੁਥਰੀ ਆ, ਵਧੀਆ ਦਰੱਖਤ ਲਾਏ ਹੋਏ ਆ, ਵਧੀਆ ਰੰਗ ਰੋਗਨ ਕੀਤਾ ਹੋਇਆ। ਇਦੋਂ ਇਲਾਵਾ ਪਿੰਡ 'ਚ ਦੋ ਬਹੁਤ ਹੀ ਵੱਡੇ ਵੱਡੇ ਅਤੇ ਬਹੁਤ ਹੀ ਸੋਹਣੇ ਗੁਰਦੁਆਰਾ ਸਾਹਿਬ ਬਣਾਏ ਹੋਏ ਨੇ ਜਿੱਥੇ ਤਕਰੀਬਨ ਸਾਰੇ ਹੀ ਜਾ ਕੇ ਰੱਬ ਤੋਂ ਖੁਸ਼ੀਆਂ ਖੇੜੇ ਮੰਗਦੇ ਨੇ ਅਤੇ ਮਹਾਰਾਜ ਨੇ ਇਸ ਪਿੰਡ 'ਚ ਕੋਈ ਤੋਟ ਵੀ ਨਹੀਂ ਛੱਡੀ ਹੋਈ। ਬਾਕੀ ਤੁਸੀਂ ਗੁਰਦੁਆਰਾ ਸਾਹਿਬ ਦੀਆਂ ਤਸਵੀਰਾਂ ਦੇਖ ਕੇ ਆਪ ਹੀ ਹਿਸਾਬ ਲਾ ਲਓ ਵੀ ਕਿੰਨੇ ਖੁੱਲ੍ਹੇ ਥਾਂ 'ਚ ਅਤੇ ਬਹੁਤ ਹੀ ਵਧੀਆ ਬਿਲਡਿੰਗ ਬਣਾਈ ਹੋਈ ਹੈ ਗੁਰਦੁਆਰਾ ਸਾਹਿਬ ਦੀ ਅਤੇ ਚਾਰੇ ਪਾਸੇ ਦਰੱਖਤ ਲਾਏ ਹੋਏ ਨੇ ਜਿਹਨੂੰ ਦੇਖ ਕੇ ਬਹੁਤ ਹੀ ਵਧੀਆ ਅਤੇ ਸਕੂਨ ਮਿਲਦਾ। ਦੋਸਤੋ, ਪਿੰਡ 'ਚ ਇੱਕ ਬਹੁਤ ਹੀ ਪੁਰਾਣਾ ਦਰਵਾਜ਼ਾ ਵੀ ਪਿੰਡ ਨੇ ਬਹੁਤ ਹੀ ਸਾਫ਼ ਸੁਥਰਾ ਰੱਖਿਆ ਹੋਇਆ ਅਤੇ ਇਸ ਤੋਂ ਇਲਾਵਾ ਪਿੰਡ 'ਚ ਪੀਣ ਵਾਲੇ ਪਾਣੀ ਲਈ ਇੱਕ ਟੈਂਕੀ ਬਣੀ ਹੋਈ ਆ ਅਤੇ ਉਹਦੇ ਨਾਲ RO ਸਿਸਟਮ ਵੀ ਲੱਗਿਆ ਹੋਇਆ ਜਿਹਦੇ ਨਾਲ ਪੂਰੇ ਪਿੰਡ ਨੂੰ ਸਾਫ਼ ਸੁਥਰਾ ਪਾਣੀ ਪੀਣ ਨੂੰ ਮਿਲਦਾ ਅਤੇ ਬਿਮਾਰੀਆਂ ਠਮਾਰੀਆਂ ਤੋਂ ਵੀ ਕਾਫ਼ੀ ਬਚਾਅ ਰਹਿੰਦਾ। ਇਸ ਤੋਂ ਬਾਅਦ ਪਿੰਡ ਦੇ ਛੋਟੇ ਛੋਟੇ ਬੱਚਿਆਂ ਲਈ ਪਿੰਡ 'ਚ ਆਂਗਣਵਾੜੀ ਸੈਂਟਰ ਵੀ ਬਣਾਇਆ ਹੋਇਆ ਅਤੇ ਜੇ ਕੋਈ ਢਿੱਲਾ ਮੱਠਾ ਹੋ ਜੇ ਪਿੰਡ 'ਚ ਉਹਦੇ ਵਾਸਤੇ ਇੱਕ ਸਰਕਾਰੀ ਡਿਸਪੈਂਸਰੀ ਵੀ ਬਣੀ ਹੋਈ ਆ ਜਿੱਥੇ ਡਾਕਟਰ ਭੈਣ ਜੀ ਬਹੁਤ ਹੀ ਇਮਾਨਦਾਰੀ ਨਾਲ ਆਪਣੀ ਸੇਵਾ ਨਿਭਾ ਰਹੇ ਨੇ। ਫਿਰ ਇਸ ਪਿੰਡ 'ਚ ਇੱਕ ਬਹੁਤ ਹੀ ਖੂਬਸੂਰਤ ਅਤੇ ਸ਼ਾਨਦਾਰ ਪਾਰਕ ਵੀ ਬਣਾਈ ਹੋਈ ਆ ਜਿੱਥੇ ਬਹੁਤ ਹੀ ਸੋਹਣੇ ਸੋਹਣੇ ਫੁੱਲ ਬੂਟੇ ਲੱਗੇ ਹੋਏ ਨੇ ਅਤੇ ਬੈਠਣ ਨੂੰ ਵੀ ਵਧੀਆ ਜਗ੍ਹਾ ਬਣਾਈ ਹੋਈ ਆ। ਇੱਥੇ ਦਰੱਖਤਾਂ 'ਤੇ ਬੈਠੇ ਚਿੜੀਆਂ ਜਨੌਰਾਂ ਦੀਆਂ ਮਨਮੋਹਕ ਆਵਾਜ਼ਾਂ ਸੁਣ ਕੇ ਮਨ ਨੂੰ ਬਹੁਤ ਹੀ ਸਕੂਨ ਆਉਂਦਾ। ਇਹਦੀਆਂ ਹੋਰ ਤਸਵੀਰਾਂ ਵੀ ਮੈਂ ਤੁਹਾਨੂੰ ਅੱਗੇ ਦਿਖਾਊਂਗਾ। ਫਿਰ ਪਿੰਡ 'ਚ ਸ਼ਹੀਦ ਮੇਜਰ ਹਰਬੰਸ਼ ਸਿੰਘ ਜੀ ਦੀ ਯਾਦ 'ਚ ਸਨੋਅ ਟਾਈਗਰ ਕੰਪਲੈਕਸ ਵੀ ਬਣਾਈ ਹੋਈ ਆ। ਫਿਰ ਪਿੰਡ 'ਚ ਇੱਕ ਡਾਕਘਰ ਵੀ ਬਣਾਇਆ ਹੋਇਆ। ਇਸ ਤੋਂ ਇਲਾਵਾ ਇਸ ਪਿੰਡ ਦੀ ਸਭ ਤੋਂ ਖਾਸ ਗੱਲ ਕਿ ਇਸ ਪਿੰਡ ਦੇ ਬਾਹਰ ਬਾਹਰ ਇੱਕ ਬਹੁਤ ਹੀ ਵੱਡੀ ਰੇਲ ਬੰਦਰਗਾਹ, ਜਾਣੀ ਤੁਸੀਂ ਇਉਂ ਸਮਝ ਲਓ ਕਿ ਪੰਜਾਬ ਦੀ ਤਕਰੀਬਨ ਇਹ ਸਭ ਤੋਂ ਵੱਡੀ ਰੇਲ ਬੰਦਰਗਾਹ। ਰੇਲ ਬੰਦਰਗਾਹ ਦਾ ਮਤਲਬ ਹੁੰਦਾ ਕਿ ਰੇਲ ਰਾਹੀਂ ਸਮਾਨ ਦੀ ਢੋਆ ਢੁਆਈ ਲਈ ਜਿੱਥੋਂ ਸਮਾਨ ਚੜ੍ਹਦਾ ਅਤੇ ਉੱਤਰਦਾ ਉਹਨੂੰ ਰੇਲ ਬੰਦਰਗਾਹ ਕਹਿੰਦੇ ਆ। ਇਸ ਨੂੰ ਖੇੜੇ ਵਾਲੀ ਬੰਦਰਗਾਹ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਅਤੇ ਇਹ ਬਹੁਤ ਖੁੱਲ੍ਹੇ ਥਾਂ 'ਚ ਬਣੀ ਹੋਈ ਆ। ਇਸ ਤੋਂ ਬਾਅਦ ਪਿੰਡ ਖੇੜਾ 'ਚ ਇੱਕ ਬਹੁਤ ਹੀ ਸੋਹਣੀ ਅਤੇ ਬਹੁਤ ਹੀ ਪੁਰਾਣੀ ਮਸਜਿਦ ਵੀ ਆ। ਫਿਰ ਇੱਥੇ ਇੱਕ ਬਾਬਾ ਸਿੱਧ ਜੀ ਦੀ ਵੀ ਜਗ੍ਹਾ ਬਣਾਈ ਹੋਈ ਆ ਜਿਸ ਨੂੰ ਸਾਰੇ ਹੀ ਬਹੁਤ ਮੰਨਦੇ ਨੇ। ਫਿਰ ਇੱਥੇ ਬਾਬਾ ਮੀਖੋ ਜੀ ਦੀ ਜਗ੍ਹਾ ਵੀ ਬਣੀ ਹੋਈ ਆ, ਇੱਥੇ ਵੀ ਲੋਕ ਸ਼ਰਧਾ ਨਾਲ ਸੀਸ ਨਿਭਾਉਂਦੇ ਨੇ। ਫਿਰ ਮੁਲਾਜ਼ਮ ਸੋਸ਼ਲ ਵੈਲਫੇਅਰ ਵੱਲੋਂ ਪਿੰਡ ਦੇ ਸਿਬੇ ਵੀ ਬਹੁਤ ਹੀ ਸੋਹਣੇ ਬਣਾਏ ਹੋਏ ਨੇ ਅਤੇ ਉੱਥੇ ਬੈਠਣ ਦਾ ਵੀ ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ। ਅਤੇ ਪਿੰਡ ਖੇੜਾ 'ਚ ਇੱਕ ਪ੍ਰਾਇਮਰੀ ਸਕੂਲ ਵੀ ਹੈ ਅਤੇ ਇੱਕ ਬਹੁਤ ਹੀ ਵਧੀਆ ਸਰਕਾਰੀ ਹਾਈ ਸਕੂਲ ਵੀ ਬਣਿਆ ਹੋਇਆ ਅਤੇ ਉਹਦੇ ਨਾਲ ਹੀ ਗੱਭਰੂਆਂ ਅਤੇ ਬੱਚਿਆਂ ਦੇ ਖੇਡਣ ਲਈ ਇੱਕ ਬਹੁਤ ਹੀ ਖੁੱਲ੍ਹੀ ਡੁੱਲੀ ਖੇਡ ਗਰਾਊਂਡ ਵੀ ਬਣਾਈ ਹੋਈ ਆ ਅਤੇ ਇੱਕ ਇੱਥੇ ਅਮਰ ਸਿੰਘ ਜੀ ਦਾ ਕਿਸੇ ਵੀ ਸਰਕਾਰੀ ਕੰਮ ਲਈ ਮਦਦ ਵਾਸਤੇ ਦਫ਼ਤਰ ਖੋਲ੍ਹਿਆ ਹੋਇਆ। ਜਾਣੀ ਪਿੰਡ 'ਚ ਤਕਰੀਬਨ ਸਾਰੀਆਂ ਹੀ ਸਹੂਲਤਾਂ ਹੈਗੀਆਂ ਨੇ, ਪਰ ਜਦੋਂ ਸਾਡੀ ਸਰਪੰਚ ਸੂਬੇਦਾਰ ਚਰਨ ਸਿੰਘ ਜੀ ਨਾਲ ਪਿੰਡ ਦੀਆਂ ਹੋਰ ਜ਼ਰੂਰਤਾਂ ਬਾਰੇ ਗੱਲਬਾਤ ਹੋਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਇੱਕ ਤਾਂ ਪਿੰਡ 'ਚ ਸਲੋਤਰਖਾਨਾ ਚਾਹੀਦਾ, ਜਿਹਨੂੰ ਕਈ ਪਸ਼ੂਆਂ ਦਾ ਹਸਪਤਾਲ ਵੀ ਕਹਿ ਦਿੰਦੇ ਨੇ, ਕਿਉਂਕਿ ਪਿੰਡ ਦਾ ਜਦੋਂ ਕੋਈ ਡੰਗਰ ਬਿਮਾਰ ਠਮਾਰ ਹੋ ਜਾਂਦਾ ਤਾਂ ਕਾਫ਼ੀ ਤਕਲੀਫ ਹੁੰਦੀ ਆ ਅਤੇ ਨੇੜਲੇ ਪਿੰਡਾਂ ਤੋਂ ਡਾਕਟਰ ਸੱਦਣਾ ਪੈਂਦਾ। ਅਤੇ ਦੂਜੀ ਸਮੱਸਿਆ, ਸਾਡੇ ਪਿੰਡ ਨੂੰ ਕੋਈ ਬੱਸ ਜਾਂ ਟੈਂਪੂ ਨਹੀਂ ਆਉਂਦੇ, ਭਾਵੇਂ ਮੰਡੀ ਅਹਿਮਦਗੜ੍ਹ ਦਾ ਬੱਸ ਅੱਡਾ ਕੋਈ ਬਹੁਤੀ ਦੂਰ ਨਹੀਂ, ਪਰ ਫਿਰ ਵੀ ਜਿਨ੍ਹਾਂ ਕੋਲ ਕੋਈ ਆਪਦਾ ਸਾਧਨ ਨਹੀਂ ਜਾਂ ਕੋਈ ਬਜ਼ੁਰਗ ਆ ਉਹਨਾਂ ਨੂੰ ਔਖਾ ਹੋ ਜਾਂਦਾ। ਅਤੇ ਸਾਡੀ ਤੁਹਾਡੇ ਪ੍ਰੋਗਰਾਮ ਰਾਹੀਂ ਸਰਕਾਰ ਨੂੰ ਵੀ ਬੇਨਤੀ ਆ ਕਿ ਸਾਡੀਆਂ ਇਹ ਦੋਨਾਂ ਸਮੱਸਿਆਵਾਂ ਦਾ ਹੱਲ ਜ਼ਰੂਰ ਕੱਢ ਕੇ ਦਿਓ ਜੀ। ਅਤੇ ਅਸੀਂ ਵੀ ਸਰਪੰਚ ਸਾਹਿਬ ਦੀ ਗੱਲ ਨਾਲ ਸਹਿਮਤ ਹਾਂ ਅਤੇ ਜੇ ਕੋਈ ਇਹਨਾਂ ਮਹਿਕਮਿਆਂ ਨਾਲ ਸੰਬੰਧਿਤ ਅਧਿਕਾਰੀ ਸਾਡਾ ਇਹ ਪ੍ਰੋਗਰਾਮ ਦੇਖ ਰਿਹਾ ਹੋਵੇ ਤਾਂ ਕਿਰਪਾ ਕਰਕੇ ਇਹਨਾਂ ਮੰਗਾਂ ਨੂੰ ਜ਼ਰੂਰ ਪੂਰਾ ਕਰਿਓ, ਕਿਉਂਕਿ ਅਸੀਂ ਆਪ ਵੀ ਪਿੰਡ 'ਚ ਜਾ ਕੇ ਇਹ ਮੁਸ਼ਕਲਾਂ ਦੇਖੀਆਂ ਨੇ। ਚਲੋ ਹੁਣ ਅੱਗੇ ਵੱਧਦਿਆਂ ਦੋਸਤੋ, ਮੈਂ ਤੁਹਾਨੂੰ ਦੱਸਦਿਆਂ ਕਿ ਸਾਨੂੰ ਇਹ ਸੋਹਣੇ ਜਿਹੇ ਪਿੰਡ ਨੂੰ ਦੇਖਣ ਦਾ ਅਤੇ ਤੁਹਾਨੂੰ ਦਿਖਾਉਣ ਦਾ ਸਬੱਬ ਬਣਾਇਆ ਬਾਈ ਹਰਜੀਤ ਸਿੰਘ ਜੀ ਨੇ, ਜਿਨ੍ਹਾਂ ਨੇ ਸਾਡਾ ਪਿੰਡ ਚੀਮਨਾ ਦਾ ਪ੍ਰੋਗਰਾਮ ਦੇਖ ਕੇ ਕਮੈਂਟ ਕਰਕੇ ਕਿਹਾ ਸੀ ਕਿ ਜੇ ਸਾਡਾ ਪਿੰਡ ਖੇੜਾ ਦਿਖਾ ਦਿਓ ਤਾਂ ਸਾਡੀ ਰੂਹ ਖੁਸ਼ ਹੋਜੂ। ਅਤੇ ਉਹਨਾਂ ਦਾ ਇਹ ਪ੍ਰੋਗਰਾਮ ਦੇਖ ਕੇ ਤਾਂ ਪਤਾ ਨਹੀਂ ਕਿੰਨੀ ਕੁ ਰੂਹ ਖੁਸ਼ ਹੋਈ ਹੋਊ, ਪਰ ਮੈਂ ਆਪਣੀ ਤਾਂ ਹੁਣੇ ਹੀ ਦੱਸ ਦਿੰਦਾ ਕਿ ਸਾਡੀ ਪਿੰਡ ਦੇ ਸਰਪੰਚ ਸਾਹਿਬ ਸੂਬੇਦਾਰ ਚਰਨ ਸਿੰਘ ਜੀ ਨੇ ਬਹੁਤ ਹੀ ਆਓ ਭਗਤ ਕੀਤੀ, ਕਿਉਂਕਿ ਇਹੀ ਇੱਕ ਸਮਝਦਾਰ ਬੰਦੇ ਦੀ ਨਿਸ਼ਾਨੀ ਹੁੰਦੀ ਆ ਕਿ ਉਹਨਾਂ ਨੂੰ ਸਾਡੇ ਦੱਸਣ ਤੋਂ ਬਾਅਦ ਇਸ ਚੀਜ਼ ਦੀ ਵੈਲਿਊ ਦਾ ਅਹਿਸਾਸ ਹੋ ਗਿਆ ਕਿ ਪਿੰਡ ਦਾ ਪ੍ਰੋਗਰਾਮ ਬਣਨ ਤੋਂ ਬਾਅਦ ਸਾਡੇ ਪਿੰਡ ਦੇ ਵਿਦੇਸ਼ ਰਹਿੰਦੇ ਸੱਜਣ ਅਤੇ ਸਾਡੇ ਪਿੰਡ ਤੋਂ ਪਾਕਿਸਤਾਨ ਗਏ ਮੁਸਲਿਮ ਪਰਿਵਾਰਾਂ ਦਾ ਆਪਣਾ ਪਿੰਡ ਦੇਖਣ ਨੂੰ ਬਹੁਤ ਜੀ ਕਰਦਾ ਹੋਊ। ਅਤੇ ਜਿੰਨੇ ਵੀ ਲੋਕ ਇਸ ਵੀਡੀਓ 'ਚ ਦਿਖਾਈ ਦੇਣਗੇ
ਉਹ ਸਦੀਆਂ ਤੱਕ ਯੂਟਿਊਬ ਰਾਹੀਂ ਦੇਖੇ ਜਾ ਸਕਦੇ ਨੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਵੀ ਆਪਣੇ ਪਿੰਡ ਨੂੰ ਅਤੇ ਬਜ਼ੁਰਗਾਂ ਨੂੰ ਦੇਖਣਗੀਆਂ ਅਤੇ ਉਹਨਾਂ ਦੀ ਸਮਝਦਾਰੀ ਲਈ ਅਤੇ ਸਾਡੀ ਆਉ ਭਗਤ ਲਈ ਅਸੀਂ ਸਰਪੰਚ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਫਿਰ ਸਾਡੀ ਕਮਲਬਾਈ ਜੀ ਨੇ ਵੀ ਬਹੁਤ ਮਦਦ ਕੀਤੀ, ਉਹਨਾਂ ਨੇ ਪੂਰਾ ਪਿੰਡ ਵੀ ਵਿਖਾਇਆ ਅਤੇ ਨਾਲ ਨਾਲ ਸਾਨੂੰ ਜਾਣਕਾਰੀਆਂ ਵੀ ਦਿੱਤੀਆਂ, ਜਿਸ ਕਰਕੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ। ਅਤੇ ਹਰਜੀਤ ਸਿੰਘ ਜੀ ਦੇ ਤਾਂ ਅਸੀਂ ਧੰਨਵਾਦੀ ਹਾਂ ਹੀ, ਕਿਉਂਕਿ ਉਹਨਾਂ ਸਦਕਾ ਹੀ ਅੱਜ ਅਸੀਂ ਇਹ ਪਿੰਡ ਵੇਖਿਆ। ਫਿਰ ਅਸੀਂ ਪੂਰੇ ਹੀ ਖੇੜਾ ਨਗਰ ਨਿਵਾਸੀਆਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ, ਕਿਉਂਕਿ ਕਿਸੇ ਨੇ ਵੀ ਸਾਨੂੰ ਓਪਰਾ ਮਹਿਸੂਸ ਨਹੀਂ ਕਰਾਇਆ, ਸਾਰਿਆਂ ਨੇ ਬਹੁਤ ਪਿਆਰ ਨਾਲ ਸਾਡਾ ਵਧੀਆ ਸਤਿਕਾਰ ਕੀਤਾ। ਨਹੀਂ ਤਾਂ ਲੋਕ ਯੂਟਿਊਬਰਾਂ ਤੋਂ ਇੰਨੇ ਤੰਗ ਆ ਗਏ ਕਿ ਵੇਖ ਕੇ ਹੀ ਕਹਿ ਦਿੰਦੇ ਆ ਕੀ ਬਣਾਊ ਇਹ, ਬਸ ਸਾਡੀ ਵੀਡੀਓ ਬਣਾ ਕੇ ਉਹ 'ਤੇ ਗਾਣਾ ਪਾ ਦੂ, ਹੋਰ ਕੀ ਕਰਨਾ ਇਹਨੇ। ਪਰ ਇਸ ਪਿੰਡ ਨੇ ਗੱਲ ਨੂੰ ਸਮਝਿਆ ਅਤੇ ਬੜੇ ਪਿਆਰ ਨਾਲ ਸਾਡਾ ਪੂਰਾ ਸਹਿਯੋਗ ਦਿੱਤਾ। ਅਤੇ ਕਈ ਪਿੰਡਾਂ 'ਚ ਇਹੋ ਜਿਹੇ ਲੋਕ ਵੀ ਹੁੰਦੇ ਨੇ ਜਿਨ੍ਹਾਂ ਦੀ ਪੰਚਾਇਤ ਨਾਲ ਜਾਂ ਤਾਂ ਕੋਈ ਕਿਸੇ ਗੱਲ 'ਤੇ ਲਾਗਡਾਟ ਹੁੰਦੀ ਆ ਜਾਂ ਫਿਰ ਕੋਈ ਪਾਰਟੀਬਾਜ਼ੀ ਹੁੰਦੀ ਆ, ਉਹ ਸਾਨੂੰ ਕਮੈਂਟ ਕਰਕੇ ਕਹੀ ਜਾਂਦੇ ਆ ਕਿ ਯਾਰ ਫਲਾਨੇ ਨੇ ਤਾਂ ਕੁਝ ਨਹੀਂ ਕੀਤਾ, ਐਵੇਂ ਉਹਦੀ ਚੜ੍ਹਾਈ ਕਰਤੀ। ਅਤੇ ਇੱਕ ਮੈਨੂੰ ਹਿੱਸੋਵਾਲ ਪਿੰਡ ਦੇ ਥੱਲੇ ਕਮੈਂਟ ਕਰਕੇ ਕਹਿੰਦਾ ਤੁਸੀਂ ਸਾਡੇ ਪਿੰਡ ਦਾ ਗੰਦ ਤਾਂ ਦਿਖਾਇਆ ਹੀ ਨਹੀਂ, ਸਾਰੇ ਤਾਸ਼ ਖੇਡਦੇ ਵਿਹਲੜ ਦਿਖਾਤੇ। ਵੀਰ ਇੱਦਾਂ ਦੇ ਕਮੈਂਟ ਕਰਕੇ ਤੁਹਾਡੇ ਪਿੰਡ ਲਈ ਕਿੰਨਾ ਕੁ ਪਿਆਰ ਆ ਤੁਹਾਡੇ ਦਿਲ 'ਚ ਉਹਦਾ ਪਤਾ ਲੱਗਦਾ, ਅਤੇ ਦੂਜਾ ਤੁਸੀਂ ਪਿੰਡ ਦੇ ਬਜ਼ੁਰਗਾਂ ਦਾ ਕਿੰਨਾ ਕੁ ਸਤਿਕਾਰ ਕਰਦੇ ਆ ਉਹ ਵੀ ਪਤਾ ਲੱਗ ਜਾਂਦਾ। ਜਾਣੀ ਜਿਹੜੇ ਪਿੰਡ 'ਚ ਬੈਠੇ ਵਿਚਾਰੇ ਤਾਸ਼ ਖੇਡਦੇ ਆ ਉਹ ਤਕਰੀਬਨ ਰਿਟਾਇਰਡ ਬਜ਼ੁਰਗ ਹੀ ਹੁੰਦੇ ਨੇ ਜਾਂ ਫਿਰ ਸ਼ਾਮ ਨੂੰ ਮੇਰੇ ਵਰਗਾ ਉਈ ਕੰਮ ਤੋਂ ਆ ਕੇ ਉਹਨਾਂ ਕੋਲ ਬਹਿ ਜਾਂਦਾ। ਤੁਹਾਡੀਆਂ ਇਹੋ ਜਿਹੀਆਂ ਟਿੱਪਣੀਆਂ ਠੀਕ ਨਹੀਂ, ਤੁਸੀਂ ਆਪਣਾ ਗੁੱਸਾ ਸਾਨੂੰ ਕਮੈਂਟ ਕਰਕੇ ਪਲੀਜ਼ ਨਾ ਦਿਖਾਇਆ ਕਰੋ। ਬਾਕੀ ਅਸੀਂ ਤਕਰੀਬਨ ਪਿੰਡਾਂ ਨੂੰ ਵੇਖ ਕੇ ਪਿੰਡਾਂ ਦੇ ਲੋਕਾਂ ਨੂੰ ਮਿਲ ਕੇ ਉਹਨਾਂ ਤੋਂ ਗੱਲਾਂ ਪੁੱਛ ਕੇ ਫਿਰ ਹੀ ਕਿਸੇ ਨੂੰ ਚੰਗਾ ਕਹਿੰਦੇ ਹਾਂ, ਐਵੇਂ ਸਾਡੀ ਸਾਰਿਆਂ ਪਿੰਡਾਂ 'ਚ ਕੋਈ ਰਿਸ਼ਤੇਦਾਰੀ ਤਾਂ ਹੁੰਦੀ ਨਹੀਂ ਅਤੇ ਨਾ ਹੀ ਕਿਸੇ ਨਾਲ ਕੋਈ ਲਾਗਡਾਟ ਹੁੰਦੀ ਆ। ਸੋ ਕਿਰਪਾ ਕਰਕੇ ਇਹ ਸੋਚਿਆ ਕਰੋ ਕਿ ਸਾਡੇ ਪਿੰਡ ਨੂੰ ਆਉਣ ਵਾਲੀਆਂ ਪੀੜ੍ਹੀਆਂ ਨੇ ਦੇਖਣਾ ਅਤੇ ਚੰਗਾ ਕੀਤਾ ਜਿਹੜਾ ਗੰਦ ਨਹੀਂ ਦਿਖਾਇਆ, ਅਤੇ ਨਾ ਹੀ ਅਸੀਂ ਆਪਣੇ ਪਿਆਰੇ ਪੰਜਾਬ ਦੇ ਪਿੰਡਾਂ ਨੂੰ ਗੰਦਾ ਦਿਖਾ ਕੇ ਆਪਣੇ ਬਾਹਰ ਰਹਿੰਦੇ ਬੱਚਿਆਂ ਨੂੰ ਡਰਾਉਣਾ ਨਹੀਂ ਚਾਹੁੰਦੇ। ਕਿਉਂਕਿ ਯਾਰ ਬਾਹਰਲੇ ਤਾਂ ਬੱਚਿਆਂ ਨੂੰ ਚੁੱਲ੍ਹੇ 'ਚ ਪਾਥੀਆਂ ਬਲਦੇ ਦੀਆਂ ਵੀਡੀਓ ਵੀ ਨਹੀਂ ਦਿਖਾਉਂਦੇ, ਕਿਉਂਕਿ ਬਾਹਰਲੇ ਬੱਚੇ ਸੋਚਦੇ ਆ ਕਿ ਜਾਨਵਰਾਂ ਦੇ ਪੂਹ ਨਾਲ ਇਹ ਖਾਣਾ ਬਣਾਈ ਜਾਂਦੇ ਆ, ਕਿੰਨੇ ਗੰਦੇ ਲੋਕ ਆ। ਫਿਰ ਉਹਨਾਂ ਨੂੰ ਸਮਝਾਉਣਾ ਔਖਾ ਹੋ ਜਾਂਦਾ ਕਿ ਸਾਡੇ ਤਾਂ ਭਾਰਤ 'ਚ ਭਾਈ ਲੋਕ ਪਸ਼ੂਆਂ ਦੇ ਗੋਹੇ ਨੂੰ ਬਹੁਤ ਪਵਿੱਤਰ ਮੰਨਦੇ ਆ, ਤਾਂ ਹੀ ਉਹਨਾਂ ਦੀਆਂ ਪਾਥੀਆਂ ਬਣਾ ਕੇ ਚੁੱਲ੍ਹੇ 'ਚ ਬਚਾਉਂਦੇ ਆ। ਅਸੀਂ ਦੋਸਤੋ ਬਾਹਰਲੇ ਬੱਚਿਆਂ ਨੂੰ ਧਿਆਨ 'ਚ ਰੱਖ ਕੇ ਸਾਫ਼ ਸੁਥਰਾ ਪਿੰਡ ਹੀ ਦਿਖਾਈਦਾ ਤਾਂ ਕਿ ਉਹਨਾਂ ਨੂੰ ਪੰਜਾਬ ਆਉਣ 'ਚ ਝਿਜਕ ਜਾਂ ਤਕਲੀਫ ਨਾ ਹੋਵੇ। ਅਤੇ ਜੇ ਉਹਨਾਂ ਦੇ ਬੱਚੇ ਪੰਜਾਬ ਆਉਣ ਨੂੰ ਤਿਆਰ ਹੋਣਗੇ ਤਾਂ ਹੀ ਉਹ ਤਾਂ ਉਹਨਾਂ ਦੇ ਮਾਂ ਬਾਪ ਆ ਸਕਣਗੇ। ਇਸ ਕਰਕੇ ਗੱਲ ਨੂੰ ਸਮਝਿਆ ਕਰੋ, ਐਵੇਂ ਹੀ ਗਲਤੀਆਂ ਨਾ ਕੱਢਿਆ ਕਰੋ। ਗਲਤੀਆਂ ਬਹੁਤ ਰਹਿ ਜਾਂਦੀਆਂ ਸਾਨੂੰ ਵੀ ਪਤਾ, ਪਰ ਅਸੀਂ ਜਾਣ ਬੁੱਝ ਕੇ ਕਿਸੇ ਨੂੰ ਮਾੜਾ ਨਹੀਂ ਦਿਖਾਉਂਦੇ ਅਤੇ ਨਾ ਹੀ ਕਿਸੇ ਨੂੰ ਚੰਗਾ ਦਿਖਾ ਕੇ ਦੂਜੇ ਨੂੰ ਨੀਵਾਂ ਕਰਦੇ ਹਾਂ। ਚਲੋ ਇਹ ਤਾਂ ਬਹੁਤ ਜ਼ਿਆਦਾ ਹੀ ਸਿਆਣੀਆਂ ਜਿਹੀਆਂ ਗੱਲਾਂ ਹੋ ਗਈਆਂ ਦੋਸਤੋ। ਹੁਣ ਤੁਹਾਨੂੰ ਪਿੰਡ ਖੇੜਾ ਦੀਆਂ ਦੁਕਾਨਾਂ ਬਾਰੇ ਦੱਸ ਦਿੰਦੇ ਹਾਂ। ਸਭ ਤੋਂ ਪਹਿਲਾਂ ਇੱਥੇ ਬੱਬੂ ਹੇਅਰ ਡਰੈਸਰ ਦੀ ਦੁਕਾਨ ਆ ਜਿੱਥੇ ਗੱਭਰੂਆਂ ਦੇ ਬਹੁਤ ਹੀ ਵਧੀਆ ਵਾਲ ਕੱਟੇ ਜਾਂਦੇ ਨੇ। ਫਿਰ ਇੱਥੋਂ ਦਾ ਨਾਮਦੇਵ ਕਰਿਆਨਾ ਸਟੋਰ ਵੀ ਬਹੁਤ ਮਸ਼ਹੂਰ ਆ। ਇਸ ਤੋਂ ਬਾਅਦ ਇੱਥੇ ਵਿਜੇ ਇਲੈਕਟ੍ਰੀਕਲ ਵਰਕਸ ਵਾਲੇ ਵੀਰ ਵੀ ਬਿਜਲੀ ਦੇ ਹਰ ਤਰ੍ਹਾਂ ਦੇ ਕੰਮ ਬਹੁਤ ਵਧੀਆ ਕਰਦੇ ਨੇ। ਫਿਰ ਇੱਥੇ ਸਾਡੇ ਵੀਰ ਡਾਕਟਰ ਅਮਰੀਕ ਸਿੰਘ ਧੂਰਕੋਟ ਵਾਲਿਆਂ ਦਾ ਕਲੀਨਿਕ ਵੀ ਆ ਜੋ ਬਹੁਤ ਹੀ ਸਿਆਣੇ ਡਾਕਟਰ ਨੇ। ਫਿਰ ਇੱਥੇ ਰਵੀ ਕਰਿਆਨਾ ਸਟੋਰ ਵੀ ਆ ਜਿਨ੍ਹਾਂ ਕੋਲ ਹਰ ਤਰ੍ਹਾਂ ਦਾ ਸਮਾਨ ਮਿਲ ਜਾਂਦਾ। ਫਿਰ ਇੱਥੇ ਕਪੂਰ ਸਿੰਘ ਜੀ ਦੀ ਹੱਟੀ ਵੀ ਕਾਫੀ ਮਸ਼ਹੂਰ ਆ। ਇਸ ਤੋਂ ਬਾਅਦ ਇੱਥੇ ਗੁਰਿੰਦਰ ਸਿੰਘ ਟੇਲਰ ਮਾਸਟਰ ਜੀ ਕੱਪੜੇ ਸਿਉਣ ਵਾਲੇ ਬੱਟ ਕੱਢ ਦਿੰਦੇ ਨੇ। ਅਤੇ ਫਿਰ ਗਰਚਾ ਟੇਲਰ ਵਾਲੇ ਵੀਰ ਵੀ ਬਹੁਤ ਵਧੀਆ ਅਤੇ ਸਸਤੇ ਕੱਪੜੇ ਸਿਉਂਦੇ ਨੇ। ਇਸ ਤੋਂ ਬਾਅਦ ਸੰਦੀਪ ਬਾਈ ਜੀ ਦੀ ਕਰਿਆਨੇ ਦੀ ਦੁਕਾਨ ਵੀ ਬਹੁਤ ਮਸ਼ਹੂਰ ਆ ਜਿੱਥੇ ਤਕਰੀਬਨ ਬੱਚੇ ਖੜ੍ਹੇ ਹੀ ਰਹਿੰਦੇ ਨੇ। ਫਿਰ ਇੱਥੇ ਦਵਿੰਦਰ ਸਿੰਘ ਟੇਲਰ ਮਾਸਟਰ ਵੀ ਨੇ, ਇਹਨਾਂ ਦਾ ਵੀ ਕੰਮ ਬਹੁਤ ਸੋਹਣਾ। ਇਸ ਤੋਂ ਬਾਅਦ ਦਾਸ ਅੰਕਲ ਜੀ ਦੀ ਹੱਟੀ ਵੀ ਬਹੁਤ ਪੁਰਾਣੀ ਅਤੇ ਮਸ਼ਹੂਰ ਆ। ਫਿਰ ਪਿੰਡ ਦੀ ਜੇ ਕੇ ਆਟਾ ਚੱਕੀ ਜਿਹਦਾ ਆਟਾ ਖਾ ਕੇ ਖੇੜੇ ਪਿੰਡ ਦੇ ਗੱਭਰੂਆਂ ਜਾਨ ਆਉਂਦੀ ਆ। ਫਿਰ ਆ ਸਾਡੇ ਵੀਰ ਇਮਾਮ ਟੇਲਰ ਮਾਸਟਰ ਜੀ ਨੇ, ਇਹਨਾਂ ਦੇ ਕੰਮ ਦੀਆਂ ਵੀ ਲੋਕ ਬਹੁਤ ਤਾਰੀਫਾਂ ਕਰਦੇ ਨੇ ਅਤੇ ਕਹਿੰਦੇ ਇਹ ਟਾਈਮ ਦੇ ਬਹੁਤ ਪਾਬੰਦ ਨੇ। ਫਿਰ ਜਗਰੂਪ ਸਿੰਘ ਨੰਬੜਦਾਰ ਦਾ ਦਸ਼ਮੇਸ਼ ਕਰਿਆਨਾ ਸਟੋਰ ਵੀ ਆ ਜਿਨ੍ਹਾਂ ਕੋਲ ਬਹੁਤ ਹੀ ਵਧੀਆ ਅਤੇ ਸਸਤਾ ਸਮਾਨ ਮਿਲ ਜਾਂਦਾ। ਫਿਰ ਵੀਰ ਕਰਨੈਲ ਸਿੰਘ ਟੇਲਰ ਮਾਸਟਰ ਜੀ, ਇਹਨਾਂ ਦੀਆਂ ਵੀ ਪਿੰਡ 'ਚ ਬਹੁਤ ਤਾਰੀਫਾਂ ਸੁਣਨ ਨੂੰ ਮਿਲੀਆਂ। ਇਸ ਤੋਂ ਬਾਅਦ ਤੁਸੀਂ ਹਨੀ ਟੂਰ ਐਂਡ ਟਰੈਵਲ ਵਾਲੇ ਵੀਰਾਂ ਤੋਂ ਟੈਕਸੀਆਂ ਬੁੱਕ ਕਰ ਸਕਦੇ ਹੋ, ਇਹਨਾਂ ਦੇ ਨੰਬਰ ਵੀ ਆ ਕਾਰਡ 'ਤੇ ਲਿਖੇ ਹੋਏ ਨੇ। ਫਿਰ ਜਸਵੀਰ ਸਟੂਡੀਓ ਵਾਲੇ ਵੀਰ ਜੀ ਵੀ ਵਿਆਹਾਂ ਸ਼ਾਦੀਆਂ ਦੀ ਬਹੁਤ ਵਧੀਆ ਫੋਟੋਗ੍ਰਾਫੀ ਕਰਦੇ ਨੇ ਅਤੇ ਇਹਨਾਂ ਦੇ ਰੇਟ ਵੀ ਜ਼ਿਆਦਾ ਮਹਿੰਗੇ ਨਹੀਂ। ਤੁਸੀਂ ਇਹਨਾਂ ਨੂੰ ਵੀ ਹਰ ਖੁਸ਼ੀ ਦੇ ਮੌਕੇ ਲਈ ਸੰਪਰਕ ਕਰ ਸਕਦੇ ਹੋ, ਇਹਨਾਂ ਦਾ ਨੰਬਰ ਵੀ ਕਾਰਡ ਦੇ ਉੱਪਰ ਲਿਖਿਆ ਹੋਇਆ।
तो दोस्तों अज लई इन्ना कु कबूल करियो, तो जे किसी का नाम रह गया हो, गलत बोलिया गया हो, पिंड की कोई थान रह गई हो, किसी थान का नाम गलत लिया गया हो, कृपा करके माफ़ कर दियो। तो हुण मिलांगे अगले मंगलवार किसी होर पिंड की जानकारी दे नाल। तुसी कृपा करके साडा चैनल SSV एंटरटेनमेंट सबसक्राइब जरूर कर लो। ये ना तो थोड़ा कोई जोर लगना तो ना ही थानू कोई बैल आना, बस एवें ही घोल करी जाने हो, हुणे ही कर लो यार। तो मेरे प्रोग्राम अपने दोस्तों ते रिश्तेदारां नाल भी शेयर करया करो, तो कमेंट करके भी साडी हल्लाशेरी वधाया करो। तो जे तुसी भी अपने पिंड की वीडियो यूट्यूब ते वेखणी चाहुंदे हो तो वीडियो के अखीर च बाई सुखदीप सिंह का फोन नंबर दिता होया, तुसी उन्हां नूं फोन करके अपने पिंड का नाँ ते अपना नाँ दस के टाइम ते तरीक सैट कर लियो, आपां दिखा देंगे यार। तो हुण तुसी पिंड दीआं खूबसूरत तस्वीरां देखो, तो मैनू इजाजत दिओ, रब रखा जी।